ਤੇ ਪ੍ਰਾਇਮਰੀ ਸਕੂਲ ਦੀ ਇੱਕ ਅਧਿਆਪਕਾ ਨੂੰ ਪ੍ਰਿੰਸੀਪਲ ਨੇ ਦੰਦੀਆਂ ਨਾਲ ਜ਼ਖਮੀ ਕੀਤਾ ਹੈ। ਜੀ ਹਾਂ, ਪ੍ਰਿੰਸੀਪਲ ਸਕੂਲ 'ਚ ਫੇਸ਼ੀਅਲ ਕਰਵਾ ਰਹੀ ਸੀ ਅਤੇ ਜਦੋਂ ਅਧਿਆਪਕਾ ਨੇ ਉਸਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਿੰਸੀਪਲ ਨੇ ਅਧਿਆਪਕਾ ਨੂੰ ਦੰਦੀਆਂ ਵੱਢ ਲਿੱਤੀਆਂ ਅਤੇ ਉਸ ਨੂੰ ਲਹੂ ਲੁਹਾਨ ਕਰ ਦਿੱਤਾ, ਜਿਸ ਦੀ ਕਿ ਬਾਅਦ ਵਿੱਚ ਅਧਿਆਪਕਾ ਨੇ ਵੀਡੀਓ ਬਣਾ ਲਈ। ਵੈਰੀ ਗੁੱਡ। ਵੈਰੀ ਗੁੱਡ। ਤੇ ਮਾਮਲਾ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹਾ ਦੇ ਬੀਗਾਪੁਰ ਵਿਕਾਸ ਬਲਾਕ ਦੇ ਪ੍ਰਾਇਮਰੀ ਸਕੂਲ ਦਾਦਮਾਊ ਦਾ ਹੈ, ਜਿੱਥੇ ਕਿ ਪ੍ਰਿੰਸੀਪਲ ਸੰਗੀਤਾ ਸਿੰਘ ਪੜ੍ਹਾਉਣ ਦਾ ਕੰਮ ਕਰਨ ਦੀ ਬਜਾਏ ਰਸੋਈ 'ਚ ਫੇਸ਼ੀਅਲ ਕਰਵਾਉਂਦੀ ਨਜ਼ਰ ਆਈ। ਇੰਨਾ ਹੀ ਨਹੀਂ, ਜਦੋਂ ਸਹਾਇਕ ਅਧਿਆਪਕਾਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਹੈਡਮਾਸਟਰਨੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਦੰਦਾਂ ਨਾਲ ਉਸ ਦਾ ਹੱਥ ਵੱਢ ਲਿਆ, ਜਿਸ ਨਾਲ ਉਸ ਦਾ ਹੱਥ ਲਹੂ ਲੁਹਾਨ ਹੋ ਗਿਆ। ਅਧਿਆਪਕਾਂ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। Very good. Very good. ਉਧਰ ਖੂਨ ਨਾਲ ਲਥਪਥ ਸਹਾਇਕ ਅਧਿਆਪਕਾਂ ਨੇ ਥਾਣਾ ਬੀਗਾਪੁਰ 'ਚ ਮੁੱਖ ਅਧਿਆਪਕਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨਾਵ ਪੁਲਿਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਹੈ। ਉਧਰ ਜ਼ਖਮੀ ਅਧਿਆਪਕਾਂ ਦੀਆਂ ਚੀਕਾਂ ਸੁਣ ਕੇ ਆਸ ਪਾਸ ਦੇ ਲੋਕਾਂ ਨੇ ਉਸ ਦੀ ਜਾਨ ਬਚਾਈ। ਮਾਮਲਾ ਬੀਗਾਪੁਰ BRC ਦੇ ਦਾਦਾ ਮਾਊ ਵਿਦਿਆਲੇ ਦਾ ਹੈ। Very good. Very good. ਫਿਲਹਾਲ ਇਸ ਪੂਰੀ ਘਟਨਾਕ੍ਰਮ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਇਸ ਘਟਨਾ ਨੇ ਸਕੂਲ ਪ੍ਰਿੰਸੀਪਲ ਅਤੇ ਉੱਤਰ ਪ੍ਰਦੇਸ਼ ਦੇ ਸਿੱਖਿਆ ਪ੍ਰਬੰਧਾਂ 'ਤੇ ਸਵਾਲ ਜ਼ਰੂਰ ਖੜੇ ਕੀਤੇ ਨੇ। ਫਿਲਹਾਲ ਇਸ ਪੂਰੇ ਮਾਮਲੇ 'ਚ ਸਰਕਾਰ ਵੱਲੋਂ ਜਾਂ ਫਿਰ ਪੁਲਿਸ ਵੱਲੋਂ ਕਿਹੋ ਜਿਹੀ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਪਰ ਮਹਿਲਾ ਅਧਿਆਪਕ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਲੋਕ ਵੱਖੋ ਵੱਖਰੇ ਪ੍ਰਤੀਕਰਮ ਦਿੰਦੇ ਨਜ਼ਰ ਆ ਰਹੇ ਨੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ TV।